ਜਿਹੜਾ ਉਹਨਾਂ ਨੇ ਜਿਹੜੀ ਕਾਸ਼ਤਕਾਰ ਸ਼ੁਰੂ ਕੀਤੀ ਹੈ ਦਾ ਚਾਰ ਜਿਹੜੇ ਸਟੇਟ ਬੋਰਡ ਮਿਲੇ ਹੈ ਇਸ ਵਕਤ ਮੈਂ ਬਰਗਾੜੀ ਪਿੰਡ 'ਚ ਮੌਜੂਦ ਹੈ ਅਮਰਜੀਤ ਸਿੰਘ ਢਿੱਲੋਂ ਉਹਨਾਂ ਦਾ ਇਹ ਖੇਤ ਹੈਗਾ ਜਿੱਥੇ ਤੁਹਾਨੂੰ ਦਿਖਾ ਦਈਏ ਹਰ ਤਰ੍ਹਾਂ ਦੀ ਸਬਜ਼ੀ ਹੈਗੀ ਹੈ ਤਾਂ ਪੈਦਾਵਾਰ ਵੀ ਹੁੰਦੀ ਹੈ ਬੜੀ ਵਧੀਆ ਇੱਥੇ ਇਹਦੀ ਸਿਸਟਮ ਜਿਹੜਾ ਤਿਆਰ ਕੀਤਾ ਗਿਆ ਹੈ ਇਸ ਮੌਸਮ ਚ ਕਿਹੜੀ ਸਬਜ਼ੀ ਨੂੰ ਕੀ ਲੋੜ ਹੈਗੀ ਆ ਕਿੱਦਾਂ ਦਾ ਵੈਦਰ ਚਾਹੀਦਾ ਹੁਣ ਤੇ ਦੇਖ ਰਹੇ ਹੋ ਸਾਰੇ ਫਲਾਂ ਦੇ ਬੂਟੇ ਹੈਗੇ ਆ 12 ਕਿਸਮਾਂ ਜਿਹੜੀਆਂ ਇੱਥੇ ਲਾਈਆਂ ਹੋਈਆਂ ਦੇ ਵਿੱਚ ਅੰਬ ਵੀ ਹੈਗੇ ਆ ਸੇਬ 베ਰੀ ਤਮਾਮ ਯਾ ਕੋਈ ਨਾ ਮੈਂ ਕਿਹਾ ਕੁਝ ਅਲੱਗ ਕੀਤਾ ਜਾਵੇ ਤਾਂ ਫਰੂਟ ਤੇ ਵੈਜੀਟੇਬਲ ਦਾ ਮੈਂ ਇਹਦੇ ਵਿੱਚ ਸ਼ੁਰੂ ਕੀਤਾ ਕਿਉਂਕਿ ਇਹਦੇ ਵਿੱਚ ਤੁਹਾਡੇ ਕੋਲੇ ਕਾਫੀ ਸਕੋਪ ਹੈਗਾ ਜੀ ਕੁਝ ਹੈਗੀਆਂ ਦਿੱਕਤਾਂ ਪਰ ਫਿਰ ਵੀ ਜੇ ਅਸੀਂ ਮਿਹਨਤ ਕਰਾਂਗੇ ਤਾਂ ਕਾਫੀ ਇਹਦੇ ਵਿੱਚ ਸਕੋਪ ਵੀ ਪਿਆ ਜੀ। ਨੈਸ਼ਨਲ ਅਵਾਰਡ ਮੈਨੂੰ 2018 ਵਿੱਚ ਮਿਲਿਆ ਸੀਗਾ ਜਿਹੜਾ ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ ਪੂਸਾ ਹੈਗਾ ਉਹਦੇ ਵੱਲੋਂ ਜੀ। ਹਾਂਜੀ ਜੋ ਇੱਥੇ ਫਰੀਦਕੋਟ ਤੋਂ ਜਿਵੇਂ ਤੁਸੀਂ ਆਸ-ਪਾਸ ਦੇਖ ਰਹੇ ਆਂ ਵੀ ਜਿਹੜੀ ਸਬਜ਼ੀ ਇੱਥੇ ਟੱਕੀ ਨਹੀਂ ਹੋਈ। ਉਹ ਸਰਦੀਆਂ ਦੇ ਵਿੱਚ ਹੁਣ ਚੱਲ ਰਹੀ ਆ ਜੀ ਜਿੰਨੀ ਕਵਰਡ ਹੈਗੀ ਆ ਲੋਟਨ ਅੰਦਲ ਦੇ ਵਿੱਚ ਉਹ ਜਿਹੜੀ ਫਰਵਰੀ ਐਂਡ ਤੋਂ ਸਟਾਰਟ ਹੋਣੀ ਹੈ ਜਿਹੜੀ ਗਰਮੀਆਂ ਦੀ ਸਬਜੀ ਆ ਉਹ ਸਾਰੀ ਸਬਜੀ ਦਾ ਕਵਰਡ ਕੀਤੀ ਹੋਈ ਆ ਅਸੀਂ ਮਤਲਬ ਕਿ ਇਹਨੂੰ ਸਾਰੇ ਖੇਤ ਨੂੰ ਇਸ ਤਰ੍ਹਾਂ ਡਿਵਾਈਡ ਕੀਤਾ ਹੋਇਆ ਵੀ ਇੱਕ ਏਰੀਆ ਘਟਾਇਆ ਹੋਇਆ ਵੈਰੈਟੀ ਵਧਾਈ ਹੋਈ ਆ ਜੀ ਜਿਵੇਂ ਸਪੋਜ ਤੁਸੀਂ ਮੂਰੀ ਦੀ ਗੱਲ ਕਰੋ ਤਾਂ ਮੂਲੀ ਅਸੀਂ ਇੱਕ ਵਨ ਟਾਈਮ ਸਿਰਫ 5-6 ਮਰ ਲਈ ਲਗਾਨੇ ਆ ਪਰ ਲਗਾਨੇ ਹਰ 6-7 ਦਿਨਾਂ ਬਾਅਦ ਆ ਜੀ ਇੱਕ ਕੰਟੀਨਿਊਟੀ ਬਣਾਉਣ ਵਾਸਤੇ ਉੱਥੇ ਉਹ ਰੈਗੂਲਰ ਦੁਕਾਨ ਨੂੰ ਚਲਾਉਣ ਵਾਸਤੇ ਤੇ ਉਹ ਰੈਗੂਲਰ ਇਨਕਮ ਜਨਰੇਟ ਕਰਨ ਵਾਸਤੇ ਤਾਂ ਇਹਨੂੰ ਟਾਈਮ ਦੇ ਹਿਸਾਬ ਨਾਲ ਤੇ ਅੱਗੇ ਜਿਹੜੀਆਂ ਸੀਡ ਦੀਆਂ ਵੈਰਾਈਟੀਆਂ ਹੈਗੀਆਂ ਉਹਦੇ ਹਿਸਾਬ ਨਾਲ ਇਹਨੂੰ ਡਿਵਾਈਡ ਕੀਤਾ ਹੈ। ਤਾਂ ਅਸੀਂ ਜਿਹੜਾ ਪ੍ਰਾਈਸ ਆ ਉਹ ਬਹੁਤ ਜ਼ਿਆਦਾ ਮਾਰਕੀਟ ਵਾਲਾ ਵੀ ਨਹੀਂ ਰੱਖਿਆ ਹੋਇਆ। ਅਸੀਂ ਮੰਡੀ ਤੇ ਮਾਰਕੀਟ ਦੇ ਵਿਚਕਾਰ ਪ੍ਰਾਈਸ ਰੱਖਦੇ ਆ ਉਹਦੇ ਨਾਲ ਸਾਨੂੰ ਵੀ ਬੈਨੀਫਿਟ ਹੋ ਜਾਂਦਾ ਤੇ ਕਸਟਮਰ ਨੂੰ ਵੀ ਬੈਨੀਫਿਟ ਹੋਏ। ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਅਮਿਤ ਸ਼ਰਮਾ। ਜੇਕਰ ਕਿਸਾਨਾਂ ਦੀ ਗੱਲ ਕਰੀ ਤਾਂ ਕਿਸਾਨ ਚੋਨੇ ਤੇ ਕਣਕ ਤੋਂ ਜਿਹੜਾ ਫਸਲੀ ਚੱਕਰ ਹੈਗਾ ਇਹਦੇ ਚੋਂ ਨਿਕਲਣ ਦੀ ਕੋਸ਼ਿਸ਼ ਕਰਦੇ ਆ ਪਰ ਨਿਕਲਿਆ ਨਹੀਂ ਜਾਂਦਾ ਪਰ ਤੁਹਾਨੂੰ ਅੱਜ ਅਸੀਂ ਐਸੇ ਕਿਸਾਨ ਨਾਲ ਮਿਲਵਾਨ ਜਾ ਰਹੇ ਆ ਜਿਹੜੇ ਝੋਨੇ ਤੇ ਕਣਕ ਦੀ ਫਸਲ ਦੇ ਚੱਕਰ ਚੋਂ ਬਾਹਰ ਨਿਕਲੇ ਡਾਈਵਰਸੀਫਿਕੇਸ਼ਨ ਦੇ ਵਿੱਚੋਂ ਸਬਜ਼ੀਆਂ ਦਾ ਉਹਨਾਂ ਨੇ ਜਿਹੜੀ ਕਾਸ਼ਤਕਾਰ ਸ਼ੁਰੂ ਕੀਤੀ ਹੈ ਤੇ ਚਾਰ ਜਿਹੜੇ ਸਟੇਟ ਵਾਰਡ ਮਿਲੇ ਆ ਇਸ ਵਕਤ ਮੈਂ ਬਰਗਾੜੀ ਪਿੰਡ 'ਚ ਮੌਜੂਦ ਆ ਅਮਰਜੀਤ ਸਿੰਘ ਢਿੱਲੋਂ ਉਹਨਾਂ ਦਾ ਇਹ ਖੇਤ ਹੈਗਾ ਜਿੱਥੇ ਤੁਹਾਨੂੰ ਦਿਖਾ ਦਈਏ ਹਰ ਤਰ੍ਹਾਂ ਦੀ ਸਬਜ਼ੀ ਹੈਗੀ ਆ ਤਾਂ ਪੈਦਾਵਾਰ ਵੀ ਹੁੰਦੀ ਆ ਤਾਂ ਜਿਹੜੀ ਸੇਲ ਹੈਗੀ ਆ ਉਹ ਵੀ ਇੰਨਾ ਵੱਲੋਂ ਇੱਥੇ ਕੀਤੀ ਜਾਂਦੀ ਹੈ ਪਹਿਲਾਂ ਤੁਹਾਨੂੰ ਦਿਖਾ ਦਈਏ ਇਹ ਜਿਹੜੇ ਕਿਸਾਨ ਫਸਲੀ ਚੱਕਰ ਦੇ ਅੰਦਰ ਉਲਝੇ ਹੋਏ ਆ ਕਣਕ ਤੇ ਝੋਨੇ ਦੀ ਗੱਲ ਕਰ ਲਈ ਤਾਂ ਇਹਨਾਂ ਨੇ ਅਮਰਜੀਤ ਸਿੰਘ ਢਿੱਲੋਂ ਦਾ ਇਹ ਖੇਤ ਹੈ ਤੁਸੀਂ ਦੇਖ ਰਹੇ ਹੋ ਇਹਨਾਂ ਨੇ ਹਰ ਤਰ੍ਹਾਂ ਦੀ ਸਬਜ਼ੀ ਹਰ ਸੀਜ਼ਨ ਦੀ ਸਬਜ਼ੀ ਜਿਹੜੀ ਹੈ ਉਹਦੇ ਉਗਾਉਣ ਦਾ ਪ੍ਰਬੰਧ ਕੀਤਾ ਹੋਇਆ ਇੱਥੇ ਹੀ ਤਿਆਰ ਕੀਤੀ ਜਾਂਦੀ ਹੈ ਬੜੀ ਵਧੀਆ ਇੱਥੇ ਇਹਦੀ ਸਿਸਟਮ ਜਿਹੜਾ ਤਿਆਰ ਕੀਤਾ ਗਿਆ ਕਿ ਇਸ ਮੌਸਮ 'ਚ ਕਿਹੜੀ ਸਬਜ਼ੀ ਨੂੰ ਕੀ ਲੋੜ ਹੈਗੀ ਹੈ ਕਿਦਾਂ ਦਾ ਵੈਦਰ ਚਾਹੀਦਾ ਤਾਂ ਇਹ ਜਿਹੜੀ ਤੁਹਾਨੂੰ ਖੇਤ ਅਸੀਂ ਦਿਖਾ ਰਹੇ ਅਮਰਜੀਤ ਸਿੰਘ ਦਾ ਖੇਤ ਹੈਗਾ ਉਹਨਾਂ ਵੱਲੋਂ ਦੇਖ ਰਹੇ ਤੁਸੀਂ ਜਿਹੜਾ ਡਾਈਵਰਸੀਫਿਕੇਸ਼ਨ ਦਾ ਜਿਹੜਾ ਇੱਕ ਸ਼ੁਰੂਆਤ ਕੀਤੀ ਗਈ ਸੀ 2001 ਦੇ ਵਿੱਚ ਸ਼ੁਰੂਆਤ ਕੀਤੀ ਸੀ ਚੋਨੇ ਤੇ ਕਣਕ ਦੇ ਫਸਲੀ ਚੱਕਰ ਚੋਂ ਬਾਹਰ ਨਿਕਲ ਕੇ ਤਾਂ ਅੱਜ ਚੰਗਾ ਨਾਮ ਹੈਗਾ ਫਰੀਦਕੋਟ ਏਰੀਏ ਦੇ ਵਿੱਚ ਫਰੀਦਕੋਟ ਤੋਂ ਬਾਹਰ ਵੀ ਜਿਹੜੀਆਂ ਹਰੀਆਂ ਸਬਜ਼ੀਆਂ ਉਹਨਾਂ ਦੀਆਂ ਹੈਗੀਆਂ ਇਸੇ ਜਗ੍ਹਾ ਤੋਂ ਉਹਨਾਂ ਨੇ ਘੱਟ ਬਣਾਇਆ ਹੋਇਆ ਉੱਥੋਂ ਲੋਕ ਜਿਹੜੇ ਖਰੀਦ ਕੇ ਜਾਂਦੇ ਆ ਬੜੀ ਮਿਹਨਤ ਕੀਤੀ ਹੈ ਸਟੇਟ ਅਵਾਰਡ ਵੀ ਮਿਲੇ ਆ ਨੈਸ਼ਨਲ ਅਵਾਰਡ ਵੀ ਮਿਲੇ ਆ ਤਾਂ ਅਮਰਜੀਤ ਸਿੰਘ ਜੀ ਦਾ ਜਿਹੜਾ ਖੇਤ ਆ ਤੁਹਾਨੂੰ ਦਿਖਾ ਦਈਏ ਦੂਸਰੇ ਪਾਸੇ ਉਹਨਾਂ ਨੇ ਆਪਣੇ ਖੇਤ ਦੇ ਵਿੱਚ ਹੀ ਇਹ ਜਿਹੜਾ ਹੁਣ ਤੁਸੀਂ ਦੇਖ ਰਹੇ ਹੋ ਇਹ ਜਿਹੜੀ ਬੂਟੇ ਦੇਖ ਰਹੇ ਹੋ ਸਾਰੇ ਫਲਾਂ ਦੇ ਬੂਟੇ ਹੈਗੇ ਆ 12 ਕਿਸਮਾਂ ਜਿਹੜੀਆਂ ਇੱਥੇ ਲਾਈਆਂ ਹੋਈਆਂ ਦੇ ਵਿੱਚ ਆਂਬ ਵੀ ਹੈਗੇ ਆ ਸੇਬ ਬੇਰੀ ਤਮਾਮ ਯਾਨੀ ਆਪਣੀ ਜਿਹੜੀ ਹੱਟ ਇਹਨਾਂ ਨੇ ਖੋਲੀ ਆ ਜਿਹੜੀ ਇਹ ਕਹ ਦੀਏ ਕਿ ਸਿੱਧੇ ਤੌਰ ਤੇ ਆਪਣੇ ਖੇਤ ਤੋਂ ਲੋਕਾਂ ਤੱਕ ਜਿਹੜੀ ਸਬਜ਼ੀ ਪਹਚਾਣੀ ਹੈ ਜਾਂ ਫਰੂਟ ਪਹਚਾਉਣਾ ਉਹਦਾ ਪ੍ਰਬੰਧ ਵੀ ਇਹਨਾਂ ਵੱਲੋਂ ਕੀਤਾ ਗਿਆ ਹੱਟ ਬਣਾਈ ਗਈ ਹੈ ਇੱਥੇ ਹੀ ਸਾਰਾ ਕੁਝ ਉਗਾਇਆ ਜਾਂਦਾ ਤਾਂ ਇੱਥੇ ਹੀ ਬੀਜਿਆ ਜਾਂਦਾ ਦੇਖ ਸਕਦੇ ਹੋ ਤੁਸੀਂ ਇਹ ਖੇਤ ਹੈਗਾ ਅਮਰਜੀਤ ਸਿੰਘ ਦਾ ਜਿਨ੍ਹਾਂ ਨੇ 2001 ਤੋਂ ਜਿਹੜੀ ਹੈ ਸਬਜ਼ੀ ਦੀ ਖੇਤੀ ਸ਼ੁਰੂ ਕੀਤੀ ਸੀ ਹਰ ਤਰ੍ਹਾਂ ਦੀ ਸਬਜ਼ੀ ਹਰ ਮੌਸਮ ਦੇ ਵਿੱਚ ਉਪਲਬਧ ਹੁੰਦੀ ਹੈ ਤਾਂ ਅਮਰਜੀਤ ਸਿੰਘ ਸਾਡੇ ਨਾਲ ਨੇ ਉਹਨਾਂ ਨਾਲ ਗੱਲ ਕਰਦੇ ਆ ਕਿਉਂਕਿ ਡਾਈਫਰ ਵਰਕ ਡਾਈਵਰਸੀਫਿਕੇਸ਼ਨ ਬਹੁਤ ਜ਼ਰੂਰੀ ਹੈ ਜੀ ਕਿਸਾਨ ਕੋਸ਼ਿਸ਼ ਕਰਦੇ ਆ ਪਰ ਨਿਕਲ ਨਹੀਂ ਜਾਂਦਾ ਤੁਸੀਂ ਇਹ ਕਦੋਂ ਫੈਸਲਾ ਕੀਤਾ ਕਿ ਆਪਾਂ ਇਦਾਂ ਨੂੰ ਸ਼ੁਰੂ ਕਰਨਾ ਹੈ ਕੰਮ ਇਸ ਤਰ੍ਹਾਂ ਹੀ ਮੈਂ ਇੰਜੀਨੀਅਰਿੰਗ ਦੀ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਜਦੋਂ ਪਿੰਡ ਖੇ ਇਹ ਸੋਚ ਕੇ ਆਇਆ ਕਿ ਆਪਾਂ ਖੇਤੀ ਕਰਨੀ ਆ ਤਾਂ ਉਹਦੇ ਵਿੱਚ ਮੈਨੂੰ ਜਿਹੜਾ ਕਨਕ ਝੋਨੇ ਦੇ ਵਿੱਚ ਇਹ ਸੀਗਾ ਵੀ ਕੋਈ ਮੈਨੂੰ ਲੱਗਿਆ ਨਹੀਂ ਵੀ ਕਿ ਮੈਰੀ ਕੋਈ ਕ੍ਰੀਏਟੀਵਿਟੀ ਹੋ ਸਕਦੀ ਹੈ ਜੀ ਕਿਉਂਕਿ ਉਹ ਇੱਕੋ ਰੁਟੀਨ ਚ ਜੋ ਚੱਲਦਾ ਸੀਗਾ ਜੀ ਉਸ ਤਰ੍ਹਾਂ ਚੱਲ ਰਿਹਾ ਸੀਗਾ ਤਾਂ ਫਿਰ ਮੈਂ ਇਸ ਪਾਸੇ ਕਿਉਂ ਨਾ ਮੈਂ ਕਿਹਾ ਕੁਝ ਅਲੱਗ ਕੀਤਾ ਜਾਵੇ ਤਾਂ ਫਰੂਟ ਤੇ ਵੈਜੀਟੇਬਲ ਦਾ ਮੈਂ ਇਹਦੇ ਵਿੱਚ ਸ਼ੁਰੂ ਕੀਤਾ ਕਿਉਂਕਿ ਇਹਦੇ ਵਿੱਚ ਤੁਹਾਡੇ ਕੋਲੇ ਕਾਫੀ ਸਕੋਪ ਹੈਗਾ ਜੀ ਤੁਸੀਂ ਆਪਣੇ ਹਿਸਾਬ ਨਾਲ ਆਪਣੀ ਕਹੋ ਵਿਜ਼ਨ ਦੇ ਨਾਲ ਕਹੋ ਤੁਸੀਂ ਜਿਹੜਾ ਟਾਈਮ ਆ ਉਹ ਅੱਗੇ ਪਿੱਛੇ ਕਰ ਸਕਦੇ ਆ ਕ੍ਰੋਪਸ ਡਿਫਰੈਂਟ ਲੈ ਸਕਦੇ ਆ ਤਾਂ ਉਹਦੇ ਵਿੱਚ ਜੇ ਤੁਸੀਂ ਅੱਗੇ ਕਿਹੜੀ ਕ੍ਰੋਪ ਕਾ ਦੋ ਮਤਲਬ ਕਿ ਇੱਕ ਤੁਸੀਂ ਦੁਕਾਨ ਦੀ ਤਰ੍ਹਾਂ ਖੇਤੀ ਨੂੰ ਚਲਾ ਸਕਦੇ ਆ ਜਿਸ ਤਰ੍ਹਾਂ ਇੱਕ ਦੁਕਾਨਦਾਰ ਦੀ ਡੇਲੀ ਇਨਕਮ ਆਉਂਦੀ ਆ ਤਾਂ ਜੇ ਫਰੂਟ ਤੇ ਵੈਜੀਟੇਬਲ ਦਾ ਮੈਂ ਸ਼ੁਰੂ ਤੋਂ ਹੀ ਰੱਖਿਆ ਹੋਇਆ ਸੀਗਾ ਵੀ ਫਰੂਟ ਤੇ ਵੈਜੀਟੇਬਲ ਦਾ ਮਿਕਸ ਇਸ ਤਰ੍ਹਾਂ ਦਾ ਮਾਡਲ ਤਿਆਰ ਕੀਤਾ ਸੀ ਵੀ ਜਦੋਂ ਮੈਂ ਮੰਡੀ ਕਰਨ ਵੀ ਕਰਦਾ ਹੁੰਦਾ ਸੀ ਬਾਹਰ ਜਾ ਕੇ ਜਿਵੇਂ ਕੋਟਕਪੂਰਾ ਜਾਂ ਬਠਿੰਡੇ ਜਾ ਕੇ ਤਾਂ ਉਦੋਂ ਵੀ ਸਾਡੀ ਇੱਕ ਰੈਗੂਲਰ ਸਪਲਾਈ ਚੱਲਦੀ ਰਹਿੰਦੀ ਸੀ ਤੇ ਹੁਣ ਤਾਂ ਚਲੋ ਅਸੀਂ ਹੱਟ ਬਣਾਲੀ ਤੇ ਹੁਣ ਤਾਂ ਇੱਥੇ ਤਾਂ ਰੈਗੂਲਰ ਅਸੀਂ ਦੇ ਹੀ ਰਹੇ ਹਾਂ ਜੀ 2001 ਚ ਸ਼ੁਰੂਆਤ ਕੀਤੀ ਸੀ ਤੁਸੀਂ ਕਿਉਂਕਿ ਤੰਗੀਆਂ ਤਕਲੀਫਾਂ ਕੱਟ ਕੇ ਜਿਹੜੀ ਹੈ ਤਰੱਕੀ ਮਿਲਦੀ ਹੈ ਕਿੰਨੀਆਂ ਤੰਗੀਆਂ ਤੁਹਾਨੂੰ ਆਏ ਜਦੋਂ ਇਹ ਤੁਸੀਂ ਕਹਿ ਰਹੇ ਹੋ ਕਿ ਸਬਜ਼ੀ ਤੇ ਫਰੂਟ ਤੋਂ ਸ਼ੁਰੂ ਕੀਤਾ ਕਿੰਨੀਆਂ ਤੰਗੀਆਂ ਆਈਆਂ ਇਦੇ ਵਿੱਚ ਦੋ ਤਰ੍ਹਾਂ ਦਾ ਤੰਗੀ ਆਉਂਦੀ ਹੈ ਜੀ ਇੱਕ ਤਾਂ ਇਹ ਆਉਂਦੀ ਹੈ ਵੀ ਤੁਸੀਂ ਨਵੇਂ ਹੁੰਨੇ ਆ ਜੀ ਤੇ ਉਹਦੇ ਵਿੱਚ ਇਹ ਹੁੰਦਾ ਵੀ ਤੁਹਾਨੂੰ ਸਾਰੀਆਂ ਜਿਹੜੀਆਂ ਕ੍ਰੌਪਸ ਆ ਉਹਦੇ ਬਾਰੇ ਪਤਾ ਨਹੀਂ ਹੁੰਦਾ ਇਲਾਕੇ ਦੇ ਵਿੱਚ ਕਿਹੜੀ ਵੈਰੈਟੀ ਚੱਲ ਰਹੀ ਹੁੰਦੀ ਆ ਚੱਲਨੀ ਜਿਆਦਾ ਜਿਵੇਂ ਮੰਨ ਲਓ ਇੱਕ ਛੋਟੀ ਜੀ ਐਗਜ਼ਾਮਪਲ ਹੀ ਦਿੰਨਾ ਵੀ ਸਪੋਜ ਤੁਸੀਂ ਤੋਰੀ ਲਗਾਣੇ ਆ ਜੀ ਜਿਹੜੀ ਸਾਡੇ ਤੋਰੀ ਚੱਲਦੀ ਆ ਉਹ ਕਾਲੀ ਤੋਰੀ ਜਿਆਦਾ ਪ੍ਰੈਫਰ ਕਰਦੇ ਆ ਲੋਕਲ ਲੋਕ ਜੀ ਜੇ ਤੁਸੀਂ ਲੁਧਿਆਣਾ ਸਾਈਡ ਚ ਚਲੇ ਜਾਓਗੇ ਤਾਂ ਉਹ ਜਿਹੜੀ ਚਿੱਟੀ ਤੋਰੀ ਆ ਜਿਹੜੀ ਫਿੱਕੀ ਕਲਰ ਦੀ ਤੋਰੀ ਮਤਲਬ ਕਿ ਇਹ ਚੀਜ਼ਾਂ ਸਾਰੀਆਂ ਸਾਨੂੰ ਪਹਿਲਾਂ ਤਾਂ ਸਿੱਖਣਾ ਪੈਂਦੀਆਂ ਜੀ ਵੀ ਇਹ ਚੀਜ਼ਾਂ ਕਿਹੜੀ ਏਰੀਆ ਦੇ ਵਿੱਚ ਕਿਹੜੀ ਤੁਹਾਡੀ ਡਿਮਾਂਡ ਆ ਕਿਹੜੀ ਵੈਰਾਈਟੀ ਫਟ ਹੁੰਦੀ ਹੈ ਕਿਹੜਾ ਤੁਹਾਡੀ ਸੋਇਲ ਆ ਜਿਹੜੀ ਉਹ ਸੂਟ ਕਰਦੀ ਆ ਔਰ ਸੈਕੰਡ ਸਾਡਾ ਜਿਹੜਾ ਇੱਕ ਸਮਾਜ ਦਾ ਪ੍ਰੈਸ਼ਰ ਵੀ ਸਾਨੂੰ ਕਹਿੰਦਾ ਬੀਰ ਕਰਨਾ ਪੈਂਦਾ ਇਸ ਦੇ ਵਿੱਚ ਨਹੀਂ ਐਡ ਹੋਈ ਜੀ ਇਹ ਕੁਝ ਹੈਗੀਆਂ ਦਿੱਕਤਾਂ ਪਰ ਫਿਰ ਵੀ ਜੇ ਅਸੀਂ ਮਿਹਨਤ ਕਰਾਂਗੇ ਤਾਂ ਕਾਫੀ ਇਹਦੇ ਵਿੱਚ ਸਕੋਪ ਵੀ ਪਿਆ ਜੀ ਬਿਲਕੁਲ ਅਮਰਜੀਤ ਸਿੰਘ ਜੀ ਤੁਹਾਨੂੰ ਅਵਾਰਡ ਵੀ ਮਿਲੇ ਇੱਕ ਵਾਰ ਚਾਹਾਂਗੇ ਜਿਹੜੇ ਅਵਾਰਡ ਕਦੋਂ ਪਹਿਲਾ ਅਵਾਰਡ ਮਿਲਿਆ ਸੀ ਤੇ ਕਿੰਨੇ ਅਵਾਰਡ ਮਿਲ ਚੁੱਕੇ ਹੁਣ ਤੱਕ ਕੰਟਕ ਮੈਨੂੰ ਚਾਰ ਵਾਰ ਸਟੇਟ ਵਾਰਡ ਮਿਲ ਚੁੱਕਿਆ ਜੀ ਜੋਨਲ ਨਾਰਥ ਜ਼ੋਨ ਦਾ ਵਾਰਡ ਮਿਲ ਚੁੱਕਿਆ ਜੀ ਤੇ ਨੈਸ਼ਨਲ ਵਾਰਡ ਪਹਿਲਾ ਮੈਨੂੰ ਸਟੇਟ ਵਾਰਡ 2006 ਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਚੀਫ ਮਿਨਿਸਟਰ ਵਾਰਡ ਮਿਲਿਆ ਸੀਗਾ ਜੀ ਉਸ ਤੋਂ ਬਾਅਦ 2009 ਦੇ ਵਿੱਚ ਐਗਰੀਕਲਚਰ ਡਿਪਾਰਟਮੈਂਟ ਵੱਲੋਂ 2014 ਦੇ ਵਿੱਚ ਪੰਜਾਬ ਗਵਰਨਮੈਂਟ ਵੱਲੋਂ ਮਿਲਿਆ ਸੀ ਔਰ ਲੇਟੈਸਟ 10 ਦਸੰਬਰ ਨੂੰ ਹੀ ਫੇਰ ਸਾਡਾ ਹਾਰਟੀਕਲਚਰ ਡਿਪਾਰਟਮੈਂਟ ਵੱਲੋਂ ਜਲੰਧਰ ਸਟੇਟ ਵਾਰਡ ਮਿਲਿਆ ਜੀ ਨੈਸ਼ਨਲ ਅਵਾਰਡ ਮੈਨੂੰ 2018 ਵਿੱਚ ਮਿਲਿਆ ਸੀਗਾ ਜਿਹੜਾ ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ ਪੂਸਾ ਹੈਗਾ ਉਹਦੇ ਵੱਲੋਂ ਜੀ ਜਿਹੜਾ ਜੋਨਲ ਅਵਾਰਡ ਸੀਗਾ ਉਹ ਇੰਡੀਅਨ ਇੰਸਟੀਚਿਊਟ ਆਫ ਵੈਜੀਟੇਬਲ ਰਿਸਰਚ ਹੈਗਾ ਵਾਰਾਨਸੀ ਦੇ ਵਿੱਚ ਉਹਨਾਂ ਨੇ ਦਿੱਤਾ ਸੀਗਾ ਜੀ ਇਹ ਸਾਰੀ ਇੱਥੇ ਹੀ ਪੈਦਾਵਾਰੀ ਦੀ ਹੁੰਦੀ ਹੈ ਇਹ ਫਿਰ ਕੁਆਲਿਟੀ ਵੀ ਕਿਉਂਕਿ ਕੁਆਲਿਟੀ ਹੋਊਗੀ ਤਾਂ ਹੀ ਉਹਦਾ ਜਿਹੜਾ ਰੇਟ ਮਿਲ ਸਕਦਾ ਹੈ ਇਹ ਕੁਆਲਿਟੀ ਕਿਵੇਂ ਇੰਪਰੂਵ ਹੁੰਦੀ ਹੈ ਇਹਦੇ ਕਿਵੇਂ ਕੋਈ ਚੰਗੇ ਬੀਜ ਲੈਣੇ ਪੈਂਦੇ ਆ ਜਾਂ ਕਿਸ ਤਰੀਕੇ ਨਾਲ ਇਹਦੀ ਪੈਦਾਵਾਰ ਕਿਵੇਂ ਕੀਤੀ ਜਾਂਦੀ ਹੈ ਕਵਾਲਿਟੀ ਦੇ ਵਿੱਚ ਤਾਂ ਇਹੀ ਹੈਗਾ ਜੀ ਇੱਕ ਤਾਂ ਇਹ ਆ ਵੀ ਅਸੀਂ ਕਿਉਂਕਿ ਇੱਥੇ ਡਾਇਰੈਕਟ ਸੇਲ ਕਰਦੇ ਆਂ ਜੀ ਜਿਹੜਾ ਫਰੂਟ ਤੇ ਵੈਜੀਟੇਬਲ ਦੇ ਵਿੱਚ ਸਭ ਤੋਂ ਵੱਡੀ ਸਾਡੀ ਦਿੱਕਤ ਇਹ ਆ ਵੀ ਜਿਹੜਾ ਕਸਟਮਰ ਤੱਕ ਫਰੈਸ਼ ਚੀਜ਼ ਨਹੀਂ ਪਹੁੰਚਦੀ ਜੀ ਇੱਥੇ ਅਸੀਂ ਬਿਲਕੁਲ ਫਰੈਸ਼ ਚੀਜ਼ਾਂ ਜਿਹੜੀਆਂ ਉਹ ਪ੍ਰੋਵਾਈਡ ਕਰ ਰਹੇ ਆਂ ਜੀ ਕਿਉਂਕਿ ਜਿਹੜੀ ਅੱਜ ਤੜਾਈ ਹੋਣੀ ਅੱਜ ਸਵੇਰ ਦੀ ਤੜਾਈ ਹੀ ਅੱਗੇ ਕ ਅਸੀਂ ਆਊਟਲੈਟ ਤੇ ਰੱਖਦੇ ਆਂ ਔਰ ਉਨੀ ਹੀ ਤੜਾਈ ਕਰਦੇ ਆਂ ਜਿੰਨੀ ਸਾਡੀ ਲਾਗਤ ਆ ਔਰ ਉਨੀ ਹੀ ਅਸੀਂ ਇੱਕੰਦਾ ਵਜਾਈ ਕਰਦੇ ਆਂ ਜੀ ਤੇ ਉਹਦੇ ਕਰਕੇ ਜਿਹੜੀ ਹੈਗੀ ਆ ਵੀ ਕਸਟਮਰ ਵੀ ਸਾਨੂੰ ਹੋ ਜਾਂਦਾ ਜੀ ਤੇ ਜਿਹੜੀ ਸਾਡੀ ਵੀ ਜਿਹੜਾ ਮਾਰਕੀਟ ਪ੍ਰਾਈਸ ਤੋਂ ਸਾਨੂੰ ਜਿਆਦਾ ਜਿਆਦਾ ਪ੍ਰਾਈਸ ਮਿਲ ਜਾਂਦਾ ਜੀ ਜਿਹੜਾ ਮਾਡਲ ਤੁਸੀਂ ਤਿਆਰ ਕੀਤਾ ਸੀਗਾ ਇਹ ਵੀ ਪੂਰੇ ਸਾਲ ਦਾ ਇਥੋਂ ਵੈਜੀਟੇਬਲ ਲਈਤੀ ਜਾ ਸਕਦੀ ਜਦ ਸਰਦੀਆਂ ਤਾਂ ਸਰਦੀਆਂ ਦੀ ਗਰਮੀ ਤੇ ਗਰਮੀਆਂ ਦੀ ਪੂਰੀ ਅਵੇਲੇਬਲ ਹੋ ਜਾਂਦੀ ਹੈ ਅਵੇਲੇਬਲ ਇਥੇ ਸਾਰੀ ਸਬਜੀ ਪੂਰਾ ਸਾਲ ਹਾਂਜੀ ਜੋ ਇੱਥੇ ਫਰੀਦਕੋਟ ਤੋਂ ਜਿਵੇਂ ਤੁਸੀਂ ਆਸ-ਪਾਸ ਦੇਖ ਰਹੇ ਆ ਵੀ ਜਿਹੜੀ ਸਬਜ਼ੀ ਇੱਥੇ ਢੱਕੀ ਨਹੀਂ ਹੋਈ ਉਹ ਸਰਦੀਆਂ ਦੇ ਵਿੱਚ ਹੁਣ ਚੱਲ ਰਹੀ ਆ ਜੀ ਜਿੰਨੀ ਕਵਰਡ ਹੈਗੀ ਆ ਲੋ ਟਨਲ ਦੇ ਵਿੱਚ ਉਹ ਜਿਹੜੀ ਫਰਵਰੀ ਐਂਡ ਤੋਂ ਸਟਾਰਟ ਹੋਣੀ ਆ ਜਿਹੜੀ ਗਰਮੀਆਂ ਦੀ ਸਬਜ਼ੀ ਆ ਉਹ ਸਾਰੀ ਸਬਜ਼ੀ ਕਵਰਡ ਕੀਤੀ ਹੋਈ ਆ ਜਿਹਦੇ ਵਿੱਚ ਹੈਗਾ ਕद्दू ਹੈਗਾ ਖੀਰਾ ਪੇਠਾ ਸ਼ਿਮਲਾ ਮਿਰਚ ਹਰੀ ਮਿਰਚ ਤੇ ਇਹ ਸਾਰੀ ਅੱਗੇ ਫਰਵਰੀ ਤੋਂ ਸ਼ੁਰੂ ਹੋ ਕੇ ਸਾਡੀ ਮਈ ਜੂਨ ਤੱਕ ਚੱਲਣੀ ਹੈ ਜੀ ਉਸ ਤੋਂ ਅੱਗੇ ਫਰਵਰੀ ਦੇ ਵਿੱਚ ਅਸੀਂ ਫੇਰ ਨਵੀਂ ਸਬਜ਼ੀ ਲਗਾਵਾਂਗੇ ਜੀ ਜਿਹੜੀ ਫੇਰ ਅਗਸਤ ਤੱਕ ਅਗਸਤ ਨਵੰਬਰ ਤੱਕ ਚੱਲਣੀ ਹੈ ਜੀ ਫੇਰ ਜੂਨ ਜੁਲਾਈ ਵਿੱਚ ਫੇਰ ਸਟਾਰਟ ਕਰ ਦਾਂਗੇ ਇਸ ਤਰ੍ਹਾਂ ਜਿਵੇਂ ਜਿਵੇਂ ਸੀਜ਼ਨ ਚੱਲਦਾ ਓਵੇਂ ਓਵੇਂ ਅਸੀਂ ਅਸੀਂ ਮਤਲਬ ਕਿ ਇਹਨੂੰ ਸਾਰੇ ਖੇਤ ਨੂੰ ਇਸ ਤਰ੍ਹਾਂ ਡਿਵਾਈਡ ਕੀਤਾ ਹੋਇਆ ਵੀ ਇੱਕ ਏਰੀਆ ਘਟਾਇਆ ਹੋਇਆ ਵੈਰਾਈਟੀ ਵਧਾਈ ਹੋਈ ਹੈ ਜੀ ਜਿਵੇਂ ਸਪੋਜ ਤੁਸੀਂ ਮੂੜੀ ਦੀ ਗੱਲ ਕਰੋ ਤਾਂ ਮੂਲੀ ਅਸੀਂ ਇੱਕ ਵਨ ਟਾਈਮ ਸਿਰਫ 5-6 ਮਰ ਲਈ ਲਗਾਣੇ ਆ ਪਰ ਲਗਾਣੇ ਹਰ 6-7 ਦਿਨਾਂ ਬਾਅਦ ਆ ਜੀ ਕਿਉਂਕਿ ਉਹ ਜਿਹੜੀ ਉੰਨੀ ਕੀ ਹੈਗੀ ਉਹ ਹਾਈਕ ਹਫਤੇ ਦੇ ਵਿੱਚ ਖਤਮ ਹੋ ਜਾਂਦੀ ਹੈ ਇੱਕ ਹਫਤੇ ਬਾਅਦ ਨਵੀਂ ਸਟਾਰਟ ਹੋ ਜਾਂਦੀ ਹੈ ਜੀ ਐਂ ਅਲੱਗ-ਅਲੱਗ ਕ੍ਰੌਪਸ ਜਿਵੇਂ ਮੰਨ ਲਓ ਕਦੂ ਆ ਕਦੂ ਅਸੀਂ ਸਾਲ ਦੇ ਵਿੱਚ ਚਾਰ ਵਾਰ ਲਗਾਣੇ ਆ ਇੱਕ ਕੰਟੀਨਿਊਟੀ ਬਣਾਉਣ ਵਾਸਤੇ ਉੱਥੇ ਉਹ ਰੈਗੂਲਰ ਦੁਕਾਨ ਨੂੰ ਚਲਾਉਣ ਵਾਸਤੇ ਤੇ ਉਹ ਰੈਗੂਲਰ ਇਨਕਮ ਜਨਰੇਟ ਕਰਨ ਵਾਸਤੇ ਤਾਂ ਇਹਨੂੰ ਟਾਈਮ ਦੇ ਹਿਸਾਬ ਨਾਲ ਤੇ ਜਿਹੜੀਆਂ ਸੀਡ ਦੀਆਂ ਵੈਰਾਈਟੀਆਂ ਹੈਗੀਆਂ ਉਹਦੇ ਹਿਸਾਬ ਨਾਲ ਇਹਨੂੰ ਡਿਵਾਈਡ ਕੀਤਾ ਹੋਇਆ ਜੀ ਇਹ ਜਿਹੜਾ ਰੇਟ ਹੈਗਾ ਇਹਦਾ ਸਬਜੀ ਜਿਹੜੀਆਂ ਤੁਸੀਂ ਵੇਚ ਰਹੇ ਹੋ ਰੇਟ ਪ੍ਰੋਪਰ ਮਿਲ ਜਾਂਦਾ ਕਿਉਂਕਿ ਪਰਸੈਪਸ਼ਨ ਇਹੀ ਬਣੀ ਹੈ ਕਿ ਜਿਹੜੀ ਗੋਭੀ ਹੈਗੀ 2 ਰੁਪਏ 3 ਰੁਪਏ ਕਿਲੋ ਮੰਡੀ 'ਚ ਵਿਕਦੀ ਹੈ ਕਸਟਮਰ ਤੱਕ ਉਹ ਜਿਹੜੀ ਹੈ 20 22 ਰੁਪਏ 25 ਰੁਪਏ ਤੱਕ ਵੀ ਜਿਹੜੇ ਵੇਚ ਇਹਦੀ ਕੋਸਟ ਕੀ ਰੱਖੀ ਗਈ ਹੈ ਇੱਥੇ ਇਹ ਸਾਰ ਐਕਚੁਅਲੀ ਇਹ ਕਨਸੈਪਟ ਹੀ ਮੈਂ ਇਸ ਕਰਕੇ ਲੈ ਕੇ ਆਇਆ ਸੀ ਕਿਉਂਕਿ ਮੈਂ 2001 ਤੋਂ ਫਰੂਟ ਤੇ ਵੈਜੀਟੇਬਲ ਦਾ ਕੰਮ ਕਰ ਰਿਹਾ ਸੀਗਾ ਤਾਂ ਫਿਰ ਇਹ ਸੋਚਿਆ ਵੀ ਕਿਉਂਕਿ ਸਾਨੂੰ ਇਹ ਲੱਗਦਾ ਸੀਗਾ ਵੀ ਜੋ ਸਾਡੀ ਇੱਕ ਫਾਰਮਰ ਦੀ ਮਿਹਨਤ ਆ ਉਹ ਫਾਰਮਰ ਦੀ ਮਿਹਨਤ ਜਿਹੜਾ ਮੰਡੀ ਦੇ ਵਿੱਚ ਜਾ ਕੇ ਨਹੀਂ ਮਿਲਦੀ ਤਾਂ 2018 ਤੋਂ ਮੈਂ ਸੋਚਣਾ ਸ਼ੁਰੂ ਕੀਤਾ ਔਰ 2019 ਜੂਨ ਦੇ ਵਿੱਚ ਫਿਰ ਮੈਂ ਇੱਥੇ ਆਊਟਲੈਟ ਆਪਦਾ ਖੋਲਿਆ ਜੀ ਤੇ ਫਿਰ ਨਾਲ ਹੀ ਅਸੀਂ ਥੋੜਾ ਬਹੁਤਾ ਪ੍ਰੋਸੈਸਿੰਗ ਦਾ ਸ਼ੁਰੂ ਕੀਤਾ ਜੀ ਤਾਂ ਆਊਟਲੈਟ ਦਾ ਇਹੀ ਸੀਗਾ ਵੀ ਆਊਟਲੈਟ ਵਾਸਤੇ ਅਸੀਂ ਹੁਣ ਸਾਨੂੰ ਜਿਸ ਦਿਨ ਦਾ ਸੀ ਆਊਟਲੈਟ ਕੋਲਿਆ ਅਸੀਂ ਕਦੇ ਵੀ ਖੇਤ ਦੇ ਵਿੱਚ ਸਬਜ਼ੀ ਨਹੀਂ ਵਾਈ ਜੀ ਕਿਉਂਕਿ ਆਮ ਤੌਰ ਤੇ ਆਪਾਂ ਇਹ ਸੁੰਦੇ ਆਖਬਾਰਾਂ ਦੇ ਵਿੱਚ ਵੀ ਪੜ੍ਹਦੇ ਹਾਂ ਵੀ ਇੱਕ ਜ਼ਿਮੀਦਾਰ ਨੇ ਦੋ ਕਿੱਲੇ ਇੱਕ ਸ਼ਿਮਲਾ ਮਿਰਚ ਵਾਤੀ ਜਾਂ ਹਰੀ ਮਿਰਚ ਵਾਤੀ ਜਾਂ ਜੋ ਗੋਭੀ ਵਾਤੀ ਜੀ ਪਰ ਸਾਨੂੰ ਇਹ ਨੌਬਤ ਨਹੀਂ ਆਉਂਦੀ ਜੀ ਕਿਉਂਕਿ ਇੱਕ ਤਾਂ ਸਾਡਾ ਉਹ ਏਰੀਆ ਥੋੜਾ ਜੀ ਇੱਕ ਥੋੜਾ ਜ ਸਾਡਾ ਜਿਹੜਾ ਪ੍ਰਾਈਸ ਆ ਉਹ ਇੰਨਾ ਕਿ ਸਾਨੂੰ ਮਿਲ ਜਾਂਦਾ ਵੀ ਸਾਨੂੰ ਖੇਤ ਦੇ ਵਿੱਚ ਵਾਉਣ ਦੀ ਜ਼ਰੂਰਤ ਨਹੀਂ ਪੈਂਦੀ ਜੀ ਜ ਜ ਅਸੀਂ ਜਿਹੜਾ ਪ੍ਰਾਈਸ ਆ ਉਹ ਬਹੁਤ ਜ਼ਿਆਦਾ ਮਾਰਕੀਟ ਵਾਲਾ ਵੀ ਨਹੀਂ ਰੱਖਿਆ ਹੋਇਆ ਅਸੀਂ ਮੰਡੀ ਤੇ ਮਾਰਕੀਟ ਦੇ ਵਿਚਕਾਰ ਪ੍ਰਾਈਸ ਰੱਖਦੇ ਹਾਂ ਉਹਦੇ ਨਾਲ ਸਾਨੂੰ ਵੀ ਬੈਨੀਫਿਟ ਹੋ ਜਾਂਦਾ ਤੇ ਕਸਟਮਰ ਨੂੰ ਵੀ ਬੈਨੀਫਿਟ ਹੋ ਜਾਂਦਾ ਲੱਗਦਾ ਸਰਕਾਰਾਂ ਨੂੰ ਵੀ ਇਸ ਤਰੀਕੇ ਦੀ ਪਾਲਿਸੀ ਬਣਾਣੀ ਚਾਹੀਦੀ ਹੈ ਕਿ ਡਾਈਵਰਸੀਫਿਕੇਸ਼ਨ ਦੀ ਗੱਲਾਂ ਬਹੁਤ ਹੁੰਦੀਆਂ ਕਿ ਐਦਾਂ ਦੀ ਪਾਲਿਸੀ ਬਣੇ ਕਿ ਵੱਧ ਤੋਂ ਵੱਧ ਕਿਸਾਨ ਇਸ ਪਾਸੇ ਆਉਣ ਦੇਖੋ ਕੋਈ ਵੀ ਬੇਸ਼ੱਕ ਕੋਈ ਇੰਡਸਟਰੀ ਆ ਜੀ ਕੋਈ ਵੀ ਡਿਪਾਰਟਮੈਂਟ ਹੈਗਾ ਜੀ ਉਹ ਪਾਲਿਸੀ ਤੋਂ ਬਿਨਾਂ ਨਹੀਂ ਸਕਸੈਸਫੁਲ ਹੋ ਸਕਦਾ ਜੀ ਸਾਨੂੰ ਐਗਰੀਕਲਚਰ ਪਾਲਿਸੀ ਲੈ ਕੇ ਆਉਣੀ ਪਊਗੀ ਜੀ ਇਹਦੇ ਵਿੱਚ ਜੇ ਅਸੀਂ ਕਣਕ ਝੋਨੇ ਤੋਂ ਹਟ ਕੇ ਕੋਈ ਵੀ ਕੰਮ ਕਰਦੇ ਆ ਨਹੀਂ ਉਹਦੇ ਵਿੱਚ ਦੋ ਫੈਕਟਰ ਮੇਨ ਹੈਗੇ ਇੱਕ ਤਾਂ ਸਾਨੂੰ ਜਿਹੜਾ ਪ੍ਰਾਈਸ ਹੈਗਾ ਉਹ ਨਹੀਂ ਇਨਸ਼ੋਰਟ ਹੈਗਾ ਜੀ ਦੂਜਾ ਦੂਸਰੀਆਂ ਜਿਵੇਂ ਮੈਂ ਹਾਰਟੀਕਲਚਰ ਦੀ ਗੱਲ ਕਰਾਂ ਤਾਂ ਸਾਡਾ ਜਿਹੜਾ ਕਲਾਈਮੇਟ ਥੋੜਾ ਬਹੁਤਾ ਵੀ ਚੇਂਜ ਹੁੰਦਾ ਉਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਤਾਂ ਪਾਲਿਸੀ ਪਲੱਸ ਇੱਕ ਨਾਲ ਸਾਨੂੰ ਇਨਸ਼ੋਰੈਂਸ ਪਾਲਿਸੀ ਵੀ ਲੈ ਕੇ ਆਉਣੀ ਪਊਗੀ ਜਿੰਨੀਦਰ ਇਹ ਇਨਸ਼ੋਰੈਂਸ ਨਹੀਂ ਹੁੰਦਾ ਇਨਾਂ ਕ੍ਰੌਪਸ ਦਾ ਕਿਉਂਕਿ ਸਾਰੀਆਂ ਇਹ ਕੈਸ਼ ਕ੍ਰੌਪਸ ਹੈਗੀਆਂ ਜੀ ਉਸਾ ਦਾ ਤੁਹਾਨੂੰ 2 ਲੱਖ ਕਿੱਲਾ ਵੀ ਦੇ ਦੇਣ ਤਿੰਨ ਵੀ ਦੇ ਦੇਣ ਤੇ ਹੋ ਸਕਦਾ ਜਿਹੜਾ ਤੁਹਾਡਾ ਖਰਚਾ ਉਹ ਵੀ ਨਾ ਮੁੜੇ ਜੀ ਇੱਕ ਜਿਹੜੇ ਇੰਸ਼ੋਰੈਂਸ ਪਾਲਸੀ ਨਾਲ ਕੀ ਹੋਊਗਾ ਵੀ ਫਾਰਮਰ ਰੈਗੂਲਰ ਕਰਦਾ ਰਹੂਗਾ ਜੀ ਸੇਫ ਰਹੂਗਾ ਸੇਫ ਰਹੂਗਾ ਫਾਰਮਰ ਸਿਕਿਉਰ ਰਹੂਗਾ ਉਹਨੂੰ ਪਤਾ ਹੋਊਗਾ ਵੀ ਜੇ ਮੇਰਾ ਲਾਸ ਹੋ ਗਿਆ ਤਾਂ ਘੱਟੋ ਘੱਟ ਜਿਹੜਾ ਮੇਰਾ ਖਰਚਾ ਹੋਇਆ ਉਹ ਤਾਂ ਵਾਪਸ ਆਊ ਜੂਗਾ ਜੀ ਠੀਕ ਹਾਂ ਨੂੰ ਕਿਸਾਨ ਕਿਸਾਨਾਂ ਨੂੰ ਤਾਂ ਇਹੀ ਕਹੂੰਗਾ ਜੀ ਵੀ ਚਲੋ ਜੇ ਬਹੁਤਾ ਏਰੀਆ ਨਹੀਂ ਕਰ ਸਕਦੇ ਤਾਂ ਆਪਾਂ ਥੋੜਾ ਥੋੜਾ ਏਰੀਆ ਜ਼ਰੂਰ ਇਸ ਪਾਸੇ ਲੈ ਕੇ ਜਰੂਰੀ ਨਹੀਂ ਵੀ ਆਪਾਂ ਫਰੂਟ ਤੇ ਵੈਜੀਟੇਬਲ ਥਲੀ ਲੈ ਕੇ ਆਉਣਾ ਥੋੜਾ ਆਪਾਂ ਇਹਨੂੰ ਡੇਰੀ ਚ ਵੀ ਲਿਆ ਸਕਦੇ ਹਾਂ ਕੋਈ ਫਿਸ਼ਰੀ ਚ ਵੀ ਲਿਆ ਸਕਦੇ ਹਾਂ ਵੀ ਕੱਲਾ ਆਪਾਂ ਵੀਟ ਪੈਡੀ ਤੇ ਨਾ ਡਿਪੈਂਡੈਂਟ ਹੋ ਕੇ ਕੁਝ ਵੀ ਕਰ ਸਕਦੇ ਆਪਾਂ ਇਹ ਤੋਂ ਤਾਂ ਹਟ ਕੇ ਤਾਂ ਉਹ ਕਰਨਾ ਜ਼ਰੂਰ ਚਾਹੀਦਾ ਜੀ ਬਿਲਕੁਲ ਇੱਕ ਆਖਰੀ ਸਵਾਲ ਹੈ ਕਿਸਾਨ ਮੇਲੇ ਆ ਤੇ ਇੱਕ ਵੱਡਾ ਬੈਨੀਫਿਟ ਹੁੰਦਾ ਹੈ ਉਹ ਜਗ੍ਹਾ ਤੇ ਜਿਹੜੇ ਕਿਸਾਨ ਪਹੁੰਚਦੇ ਆ ਤੁਹਾਨੂੰ ਮਿਲਦੇ ਹੋਣਗੇ ਕਿਉਂਕਿ ਤੁਸੀਂ ਕਰ ਰਹੇ ਹੋ 20 ਸਾਲ ਤੋਂ ਅ ਰੁਝਾਨ ਹੈਗਾ ਕਿਸਾਨਾਂ ਚ ਕਰਨ ਦਾ ਨਹੀਂ ਇੱਛਾ ਸ਼ਕਤੀ ਹੈ ਜੀ ਮੇਨ ਉਹ ਹੀ ਜਿਹੜੀ ਆਪਾਂ ਗੱਲ ਕੀਤੀ ਆ ਵੀ ਜਿਹੜੀ ਪਾਲਿਸੀ ਦੀ ਹੈਗੀ ਆ ਐਕਚੁਅਲੀ ਜਦੋਂ ਇੱਕ ਫਾਰਮਰ ਦਾ ਨੁਕਸਾਨ ਹੋ ਜਾਂਦਾ ਨਹੀਂ ਤਾਂ ਉਹਨੂੰ ਦੇਖ ਕੇ ਸੌ ਫਾਰਮਰ ਹੋਰ ਹਿੰਮਤ ਨਹੀਂ ਕਰਦਾ ਜੀ ਤੇ ਸਾਡੇ ਕੋਲੇ ਬਹੁਤ ਫਾਰਮਰ ਆਉਂਦੇ ਆ ਜੀ ਵਿਸਟਰ ਆਉਂਦੇ ਆ ਟੂਰ ਵੀ ਆਉਂਦੇ ਆ ਬਹੁਤ ਸਾਰੇ ਫਾਰਮਰ ਸ਼ੁਰੂ ਵੀ ਕਰ ਰਹੇ ਆ ਜੀ ਇਹ ਨਹੀਂ ਹੈਗਾ ਵੀ ਕੋਈ ਇਨੀਸ਼ੀਏਟਿਵ ਲੈ ਨਹੀਂ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਪ੍ਰੋਫੈਸ਼ਨ ਆ ਉਹ ਕਰ ਰਹੇ ਆ ਕੋਈ ਹਾਰਟੀਕਲਚਰ ਕਰ ਰਿਹਾ ਕੋਈ ਫਿਸ਼ਰੀ ਵਾਲ ਕਾਫੀ ਲੋਕ ਜਿਵੇਂ ਜਿਵੇਂ ਆ ਸੋਸ਼ਲ ਮੀਡੀਆ ਵੀ ਆ ਰਿਹਾ ਜਾਂ ਜਿਹੜੇ ਜੰਗ ਫਾਰਮਰ ਹੈਗੇ ਉਹ ਐਜੂਕੇਟਿਡ ਵੀ ਹੈਗੇ ਆ ਉਹ ਨੈਟ ਤੋਂ ਦੇ ਕਿ ਨਵੇਂ-ਨਵੇਂ ਕੰਮ ਬਹੁਤ ਸਾਰ ਸਾਰੇ ਕਰ ਵੀ ਰਹੇ ਆ ਜੀ ਕਿ ਹੁਣ ਇਸ ਵਾਰੀ ਨਵਾਂ ਕੀ ਹੈਗਾ ਤੁਹਾਡੇ ਕੋਲੇ ਕੋਈ ਨਵੀਂ ਚੀਜ਼ ਲੈ ਕੇ ਆ ਰਹੇ ਹੋ ਉੱਥੇ ਤੁਸੀਂ ਨਵਾਂ ਤਾਂ ਮੇਰਾ ਹੁਣ ਇਸ ਟਾਈਮ ਤੇ ਪਿਛਲੇ 2 ਸਾਲ ਤੋਂ ਇਹੀ ਹੈਗਾ ਈ ਟਾਰਗੇਟ ਵੀ 2024 ਤੱਕ ਮੈਂ ਜਿਹੜਾ ਇਹ ਆਪਦਾ ਫਾਰਮ ਦੀ ਜਿੰਨੀ ਪ੍ਰੋਡਿਊਸ ਆ ਜੀ ਵੀ ਇਹਨੂੰ ਰਿਟੇਲ ਦੇ ਵਿੱਚ ਹੀ ਵੇਚ ਸਕਾਂ ਜੀ ਉਹਦੇ ਲਈ ਮੇਰਾ ਸਭ ਤੋਂ ਪਹਿਲਾਂ ਸੀਗਾ ਵੀ ਮੇਰੇ ਕੋਲੇ ਜਿਹੜਾ ਕਿਨੂ ਦਾ 5 ਏਕੜ ਦਾ ਬਾਗ ਸੀਗਾ ਉਹਦਾ ਮੈਂ 2.5 ਏਕੜ ਪੁੱਟ ਕੇ ਇੱਥੇ ਤੁਸੀਂ ਦੇਖਿਆ ਹੀ ਆ ਵੀ ਸਾਰਾ ਮਿਕਸ ਫਰੂਟ ਲਾਇਆ ਹੋਇਆ ਵੀ ਪੂਰਾ ਸਾਲ ਇੱਕ ਫਰੂਟ ਜਿਹੜਾ ਚੱਲਦਾ ਰਹੇ ਔਰ ਮੇਰਾ ਟਾਰਗੇਟ ਵੀ ਇਹ ਹੈ ਵੀ 24 25 ਤੱਕ ਇਹਨੂੰ ਮੇਰੇ ਕੋਲੇ 12 ਏਕੜ ਲੈਂਡ ਆ ਔਰ 12 ਦਾ 12 ਹੀ ਮੇਰਾ ਫਰੂਟ ਵੈਜੀਟੇਬਲ ਗ로우 ਕਰਦਾ ਔਰ ਟਾਰਗੇਟ ਵੀ ਇਹੀ ਆ ਵੀ 12 ਦੇ 12 ਏਕੜ ਦਾ ਜਿਹੜਾ ਪ੍ਰੋਡਿਊਸ ਆ ਇਹਨੂੰ ਮੈਂ ਮੈਨੇਜ ਕਰਕੇ ਇਹਦੀ ਲੈਂਡਸਕੇਪਿੰਗ ਇਸ ਤਰ੍ਹਾਂ ਕਰਕੇ ਵੀ ਇਹਨੂੰ ਸਾਰੇ ਦਾ ਸਾਰਾ ਰਿਟੇਲ ਦੇ ਵਿੱਚ ਵੇਚ ਸਕਾਂ ਜੀ ਧੰਨਵਾਦ ਜੀ ਸੋਚਸਾਨ ਅਮਰਜੀਤ ਸਿੰਘ ਢਿੱਲੋਂ ਜਿਹੜੇ ਕਿਸਾਨ ਨੇ ਬਰਗਾੜੀ ਦੇ ਤਾਂ ਤੁਸੀਂ ਸੁਣ ਹੀ ਲਿਆ ਰਿਸਕ ਹੁੰਦਾ ਹੈ ਕਿਸਾਨਾਂ ਨੂੰ ਵੱਡਾ ਇਸੇ ਰਿਸਕ ਦੇ ਕਰਕੇ ਡਾਈਵਰਸੀਫਿਕੇਸ਼ਨ ਵੱਲ ਕਿਸਾਨ ਨਹੀਂ ਜਾਂਦੇ ਜੇਕਰ ਸਰਕਾਰਾਂ ਪਾਲਿਸੀ ਬਣਾਵੇ ਕਿਸਾਨਾਂ ਨੂੰ ਸੇਫ ਸਾਈਡ ਰੱਖੇ ਜੇਕਰ ਫਸਲ ਦਾ ਨੁਕਸਾਨ ਦਾ ਮੁਆਵਜ਼ਾ ਸਮੇਂ ਸਿਰ ਮਿਲੇ ਤਾਂ ਫਸਲੀ ਚੱਕਰ ਚੋਂ ਕਿਸਾਨ ਬਾਹਰ ਨਿਕਲਣਗੇ ਤਾਂ ਆਹ ਨਾਲ ਸਮਝ ਵੱਡਾ ਫਾਇਦਾ ਸਾਡੇ ਪੰਜਾਬ ਨੂੰ ਇਹਦਾ ਹੋਊਗਾ ਕੈਮਰਾਮੈਨ ਗੁਰਵਿੰਦਰ ਦੇ ਨਾਲ ਅਮਿਤ ਸ਼ਰਮਾ ਡੇਲੀ ਪੁਸ ਪੰਜਾਬੀ ਪਿੰਡ ਬਰਗਾੜੀ ਫਰੀਦਕੋਟ